ਤਾਜ ਰੇਡੀਓ ਸ਼ੂਟਿੰਗ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੈਂ ਜੀ ਤੁਹਾਡੀ ਬੱਬਲ ਕੌਰ ਅਤੇ ਤੁਹਾਨੂੰ ਰਿਕੁਐਸਟ ਹੈ ਜੀ ਚੈਨਲ ਨੂੰ ਇੱਦਾਂ ਸਪੋਰਟ ਕਰਦੇ ਰਹੋ, ਕਿਉਂਕਿ ਇਹ ਚੈਨਲ ਤੁਹਾਨੂੰ ਇੰਟਰਟੇਨ ਦੇ ਨਾਲ ਨਾਲ ਬਹੁਤ ਸਾਰੀ ਜਾਣਕਾਰੀ ਵੀ ਦਿੰਦਾ ਰਹਿੰਦਾ ਹੈ। ਸੋ ਅਲੱਗ ਅਲੱਗ ਪਰਸਨੈਲਿਟੀਜ਼ ਬਾਰੇ, ਮਹਾਨ ਸ਼ਖਸੀਅਤਾਂ ਬਾਰੇ, ਸੈਲੀਬ੍ਰਿਟੀਜ਼ ਦੇ ਜੀਵਨ ਦੇ ਬਾਰੇ ਤੁਹਾਨੂੰ ਇਸ ਚੈਨਲ ਤੋਂ ਬਹੁਤ ਕੁਝ ਵੇਖਣ ਨੂੰ ਸੁਣਨ ਨੂੰ ਮਿਲਦਾ ਹੈ। ਸੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਸਟੂਡੀਓ 'ਚ ਸਾਡੇ ਨਾਲ ਮੌਜੂਦ ਹੈ ਇੱਕ ਮਹਾਨ ਸ਼ਖਸੀਅਤ, ਜਿਸ ਦੇ ਤੁਸੀਂ ਬਹੁਤ ਸਾਰੇ ਗਾਣੇ ਮਾਰਕੀਟ ਦੇ ਵਿੱਚ ਸੁਣੇ ਨੇ ਅਲੱਗ ਅਲੱਗ ਆਵਾਜ਼ਾਂ ਦੇ ਵਿੱਚ। ਸੋ ਅੱਜ ਉਹ ਸਾਡੇ ਨਾਲ ਪਹੁੰਚੇ ਨੇ ਜੀ ਸਟੂਡੀਓ ਦੇ ਵਿੱਚ। ਆਓ ਜੀ ਕਰਦੇ ਹਾਂ ਉਹਨਾਂ ਨਾਲ ਵਿਸ਼ੇਸ਼ ਮੁਲਾਕਾਤ। ਤੁਹਾਡੇ ਰੂਬਰੂ ਨੇ ਮਹਾਨ ਗੀਤਕਾਰ ਰਾਜੂ ਨਾਹਰ। ਸੋ ਦੋਸਤੋ, ਸਾਡੇ ਸਟੂਡੀਓ ਪਹੁੰਚੇ ਹੋਏ ਨੇ ਰਾਜੂ ਨਾਹਰ ਜੀ। ਆਓ ਜੀ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵਿਸ਼ੇਸ਼ ਗੱਲਾਂ। ਸੋ ਜੀ ਐਂ ਕਹਿੰਦੇ ਹਾਂ ਜੀ, ਤੁਸੀਂ ਸਾਡੇ ਸਟੂਡੀਓ 'ਚ ਪਹੁੰਚੇ ਹੋ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ, ਤਾਜ ਵੀਡੀਓ ਸ਼ੂਟਿੰਗ ਚੈਨਲ ਦਾ ਬਹੁਤ ਬਹੁਤ ਧੰਨਵਾਦ। ਬਾਈ ਸੁਰਿੰਦਰ ਪੁਨੀਆ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀ ਬਦੌਲਤ ਇੱਥੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਾਰੇ ਸਰੋਤਿਆਂ ਨੂੰ, ਰੱਬ ਵਰਗੇ ਸਰੋਤਿਆਂ ਨੂੰ ਤਹਿ ਦਿਲੋਂ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਬਚਪਨ ਤੋਂ, ਤੁਹਾਡਾ ਬਚਪਨ ਕਿਵੇਂ ਗੁਜ਼ਰਿਆ, ਜਨਮ ਦੇ ਬਾਰੇ ਅਤੇ ਆਪਣੀ ਫੈਮਿਲੀ ਦੇ ਬਾਰੇ ਸਾਨੂੰ ਥੋੜ੍ਹਾ ਦੱਸੋ। ਜਨਮ ਜੀ ਮੇਰਾ ਜਨਮ ਹੋਇਆ ਪਿੰਡ ਖੇੜੀ ਜ਼ਿਲ੍ਹਾ ਰੋਪੜ। ਦਸਵੀਂ ਤੱਕ ਮੈਂ ਪੜ੍ਹਿਆ ਜੀ, ਦੋ ਭਰਾ ਸੀ, ਦੋ ਭੈਣਾਂ ਜੀ। ਅਤੇ ਤੁਹਾਨੂੰ ਗੀਤਕਾਰੀ ਦਾ ਸ਼ੌਂਕ ਕਿਵੇਂ ਪੈ ਗਿਆ? ਗੀਤਕਾਰੀ ਦਾ ਸ਼ੌਂਕ ਪਿਆ ਮੈਨੂੰ ਸਵਰਗਵਾਸੀ ਅਮਰ ਸਿੰਘ ਚਮਕੀਲਾ ਜੀ ਦੇ ਦੋ ਵਾਰ ਲਾਈਵ ਪ੍ਰੋਗਰਾਮ ਦੇਖਣ ਨੂੰ ਮਿਲੇ ਜੀ। ਉਹਨਾਂ ਦੇ ਮੈਂ ਅੱਜ ਤੱਕ ਬਹੁਤ ਪੱਕਾ ਫੈਨ ਹਾਂ ਜੀ। ਉਹਨਾਂ ਦੇ ਪ੍ਰੋਗਰਾਮ ਦੇਖਣ ਤੋਂ ਬਾਅਦ ਮੈਨੂੰ ਸ਼ੌਂਕ ਪਿਆ ਜੀ ਗੀਤ ਲਿਖਾਉਣ ਦਾ। ਸਿਰਫ ਤੁਸੀਂ ਨਹੀਂ ਜੀ, ਉਹਨਾਂ ਦੀ ਤਾਂ ਪੂਰੀ ਦੁਨੀਆ ਹੀ ਫੈਨ ਹੈ। ਅਤੇ ਕਈ ਤਾਂ ਜਿਹੜੇ ਸਿੰਗਰ ਨੇ ਉਹਨਾਂ ਨੂੰ ਸੁਣ ਸੁਣ ਕੇ ਹੀ ਮੈਨੂੰ ਲੱਗਦਾ ਸਿੰਗਰ ਬਣੇ ਨੇ। ਅੱਜ ਵੀ ਉਹਨਾਂ ਦੇ ਗਾਣੇ ਉਨੇ ਪਿਆਰ ਨਾਲ ਸੁਣੇ ਜਾਂਦੇ ਨੇ ਜਿੰਨੇ ਕਿ ਪਹਿਲਾਂ ਸੁਣੇ ਜਾਂਦੇ। ਹਾਂਜੀ ਹਾਂਜੀ, ਮੈਂ ਵੀ ਅੱਜ ਤੱਕ ਸੁਣ ਰਿਹਾ ਉਹਨਾਂ ਦੇ ਗੀਤ, ਹੁਣ ਵੀ ਸੁਣ ਰਿਹਾ ਜੀ। ਅਤੇ ਹੁਣ ਤੱਕ ਤੁਹਾਡੇ ਕਿੰਨੇ ਗੀਤ ਨੇ ਜਿਹੜੇ ਰਿਕਾਰਡ ਹੋ ਚੁੱਕੇ ਨੇ? ਗੀਤ ਤਕਰੀਬਨ ਮੈਂ 1000 ਕੁ ਦੇ ਗੇੜ ਦਾ ਲਿਖ ਚੁੱਕਿਆ ਜੀ, ਬਾਕੀ 300 ਵੀ ਰਿਕਾਰਡ ਹੋ ਲਿਆ ਜੀ ਮੇਰਾ ਜੀ, ਜਿਹਦੇ ਵਿੱਚ 250 ਭੇਟਾਂ ਰਿਕਾਰਡ ਹੋਈਆਂ ਨੇ, 50-60 ਕੁ ਗੀਤ ਵੀ ਹੋ ਰਹੇ ਰਿਕਾਰਡ ਜੀ। ਕਾਫੀ ਸਟਾਰ ਸਿੰਗਰਾਂ ਨੇ ਮੈਟਰ ਕਰਿਆ ਜੀ ਮੇਰਾ ਜੀ। ਵਾਹ ਜੀ ਵਾਹ। ਤੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਹਾਡੇ ਜਿਹੜੇ ਗੀਤ ਨੇ, ਹਾਂਜੀ, ਉਹ ਕਿਹੜੇ ਕਿਹੜੇ ਸਿੰਗਰਸ ਦੀ ਆਵਾਜ਼ ਦੇ ਵਿੱਚ ਆਏ ਨੇ? ਉਹ ਤਾਂ ਮੇਰੇ ਕਾਫੀ ਸਿੰਗਰਾਂ ਨੇ ਗੀਤ ਗਾਏ, ਜਿਨ੍ਹਾਂ ਦੇ ਵਿੱਚ ਮੇਰੇ ਵੱਡੇ ਭਰਾ ਬਾਲੀਵੁੱਡ ਸਿੰਗਰ ਅਮਰ ਆਰਸ਼ੀ ਜੀ ਜੀ, ਨਰਿੰਦਰ ਜੋਤ ਜੀ, ਮਿਸ ਪੂਜਾ, ਮੈਡਮ ਸੁਦੇਸ਼ ਕੁਮਾਰੀ ਜੀ, ਜਿਨ੍ਹਾਂ ਨੇ ਮੇਰੇ ਬਹੁਤ ਸਾਰੀਆਂ ਭੇਟਾਂ ਗਾਈਆਂ। ਬਾਕੀ ਪ੍ਰੀਤ ਬਰਾੜ ਜੀ, ਮਿਸ ਪੂਜਾ ਗੱਲ 6 ਕੁ ਭੇਟਾਂ ਆਈਆਂ ਮੇਰੇ ਇਹਨਾਂ ਦੀ ਆਵਾਜ਼ 'ਚ ਜੀ। ਹਰਬਖਸ਼ ਸ਼ੌਂਕੀ ਸਾਹਿਬ ਨੇ ਗਾਏ 2 ਗੀਤ ਮੇਰੇ, ਬਿਲ ਸਿੰਘ ਦੀ ਆਵਾਜ਼ 'ਚ 2 ਭੇਟਾਂ ਹੋਈਆਂ ਜੀ, ਇੱਕ ਗੀਤ ਮੇਰਾ ਅਨੀਤਾ ਸਮਾਣਾ ਦਾ ਜਗਤਾਰ ਅਖਤਰ ਜੀ ਨੇ ਗਾਇਆ ਸੀ ਜੀ, ਬਾਈ ਜੀ ਦਾ ਚਲੋ ਡੈਥ ਹੋ ਗਈ, ਉਹਨਾਂ ਨੂੰ ਸਲੂਟ ਆ ਮੇਰਾ ਜੀ ਜਗਤਾਰ ਅਖਤਰ ਜੀ ਨੂੰ, ਬਹੁਤ ਮੇਰਾ ਪਿਆਰ ਕਰਦੇ ਤੇ ਜੀ ਜੀ। ਹਾਂਜੀ, ਬਾਕੀ ਰਵੀ ਚੌਹਾਨ ਅਤੇ ਗੁਰਲੇ ਜਾਖਤਰ, ਇੰਦਰਨਾਥ ਅਤੇ ਗੁਰਲੇ ਜਾਖਤਰ ਨੇ ਗਾਇਆ, ਸੋਹਣ ਧਾਲੀਵਾਲ ਅਤੇ ਹਰਲੀ ਨਕਤ ਜੀ ਨੇ ਗਾਇਆ ਜੀ ਜੀ। ਹੋਰ ਕਾਫੀ ਸਿੰਗਰਾਂ ਨੇ ਗਾਇਆ, ਪ੍ਰੇਮ ਚਮਕੀਲਾ ਜੀ ਇੰਗਲੈਂਡ 'ਚ ਰਹਿੰਦੇ, ਉਹਨਾਂ ਨੇ ਕਾਫੀ ਗੀਤ ਗਾਏ ਮੇਰੇ, ਦਿਵਿਆ ਚੌਹਾਨ ਜੀ ਨੇ ਗਾਏ ਗੀਤ ਜੀ, ਲਾਲ ਕਮਲ ਜੀ ਨੇ 2 ਗੀਤ ਗਾਏ ਮੇਰੇ ਭੇਟਾਂ ਜੀ, ਬਾਕੀ ਸੁਭਾਸ਼ ਭਾਟੀਆ, ਪਰਮਜੀਤ ਪੰਮੀ ਜੀ, ਗੁਲਾਬ ਨਿਮਾਣਾ ਜੀ, ਬਲੀ ਸਿੰਘ ਰੋਪੜ, ਅਮਰੀਕ ਤੂਫਾਨ, ਹਰਜੀਤ ਮੱਟੂ, ਜਿਨ੍ਹਾਂ ਤੋਂ ਮੇਰੀ ਸ਼ੁਰੂਆਤ ਹੋਈ ਸੀ ਗੀਤਾਂ ਦੀ ਜੀ, ਗੁਰਜੀਤ ਬੱਲੀ, ਹਰਜੀਤ ਮੱਟੂ, ਮਦਨ ਆਨੰਦ, ਸਰਬਜੀਤ ਮੱਟੂ ਜੀ, ਭੁਪਿੰਦਰ ਸੁੱਖ ਅਤੇ ਜੋਤੀ ਕੋਹਿਨੂਰ ਦੀ ਆਵਾਜ਼ 'ਚ ਆਏ ਗੀਤ ਮੇਰੇ, ਪੂਨੀਆ ਫਰੀਦਪੁਰੀ ਜੀ ਨੇ ਗਾਏ ਗੀਤ ਮੇਰੇ ਜੀ, ਜੱਗਾ ਸੂਰਤੀਆ ਜੀ, ਸੁਰਿੰਦਰ ਸ਼ਿੰਦਾ ਜੀ ਦੇ ਸ਼ਗਿਰਦਾਂ ਬਹੁਤ ਲਾਡਲੇ ਸ਼ਗਿਰਦ ਜੀ, ਜੱਗਾ ਸੂਰਤੀਆ ਅਤੇ ਬਲਜੀਤ ਕਮਲ, ਉਹਨਾਂ ਦੀ ਆਵਾਜ਼ 'ਚ ਭੇਟਾਂ ਆਈਆਂ ਜੀ ਆਪਣੀਆਂ। ਹੋਰ ਕਾਫੀ ਦਲਵਿੰਦਰ ਵਾਰਨਾ ਜੀ, ਉਹਨਾਂ ਦੀ ਆਵਾਜ਼ 'ਚ ਗੀਤ ਆਏ ਮੇਰੇ ਜੀ, ਉਮਰਾਓ ਮਸਤ ਜੀ ਦੀ ਆਵਾਜ਼ ਵੀ ਚਾਹੇ, ਨਾਹਰ ਖੇੜੀ, ਸੰਦੀਪ ਨੀਰੂ, ਅਮਨਦੀਪ ਗੋਲਡੀ, ਬਿੰਟਾ ਸੁਖਵਿੰਦਰ ਜੀ, ਬਲਬੀਰ ਬੱਲੀ, ਕਾਲਾ ਸੈਂਪਲੇ ਵਾਲਾ, ਟਿੰਕੂ ਧਾਨੀਆ ਜੀ,
ਵਿਸ਼ਵਜੀਤ ਚੀਮਾ, ਬਲਵਿੰਦਰ ਬੱਬੀ, ਬਲਬੀਰ ਬੱਲੀ, ਵੀਰਾ ਰਾਜਮਾਜਰਾ, ਪਵਨ ਭਾਟੀਆ, ਅਮਨ ਸੋਹਤਾ, ਗੁਰਪ੍ਰੀਤ ਵਿੱਕੀ, ਮਨੀ ਬਚਨ ਜੀ, ਦੀਪਾ ਅਰਸ਼ੀ, ਨਰਿੰਦਰ ਨੂਰ ਜੀ, ਕੁਲਵੀਰ ਬੈਂਸ, ਖੁਸ਼ੀ ਬਾਬੂ ਚੰਡੀਗੜ੍ਹੀਆ। ਇਹਨਾਂ ਤੋਂ ਇਲਾਵਾ ਮੇਰੇ ਹਰਪ੍ਰੀਤ ਢਿੱਲੋਂ ਜੀ ਦੀ ਆਵਾਜ਼ ਵਿੱਚ ਧਾਰਮਿਕ ਗੀਤ ਹੈ ਜੀ, ਬਾਜਾਂ ਵਾਲੇ ਦੁਲਾਰੇ ਜੱਸੀ ਕੌਰ ਦੇ ਨਾਲ ਕਰਦਾ ਜੀ, ਬਹੁਤ ਫੇਮਸ ਗੀਤ ਹੋਇਆ ਜੀ, ਜਸ ਰਿਕਾਰਡਸ ਕੰਪਨੀ ਤੋਂ ਆਇਆ ਜੀ। ਹੋਰ ਕਾਫੀ ਆਪਣੇ ਬਲਵਿੰਦਰ ਬੱਬੀ ਜੀ ਦੀ ਆਵਾਜ਼ ਹੈ ਧਾਰਮਿਕ ਗੀਤ ਕੁਰਬਾਨੀ ਲਾਲਾਂ ਦੀ, ਕਾਫੀ ਮੇਰੇ ਸੀਨੀਅਰ ਸਿੰਗਰਾਂ ਨੇ ਗੀਤ ਗਾਏ ਜੀ, ਹੋਰ ਵੀ ਅੱਜ ਕੱਲ੍ਹ ਹੋ ਰਹੇ ਜੀ ਕਾਫੀ ਗੀਤ। ਵਾਹ ਜੀ ਵਾਹ। ਸੋ ਦਰਸ਼ਕੋ, ਤੁਸੀਂ ਵੇਖਿਆ ਕਿ ਕਿੰਨੀਆਂ ਖੂਬਸੂਰਤ ਜਿਹੜੀਆਂ ਆਵਾਜ਼ਾਂ ਨੇ ਰਾਜੂ ਜੀ ਦੇ ਗੀਤਾਂ ਨੂੰ ਮਿਲ ਚੁੱਕੀਆਂ ਨੇ। ਬਹੁਤ ਸਾਰੇ ਸਟਾਰ ਸਿੰਗਰ ਨੇ ਜਿਹੜੇ ਆਪਣੀ ਸੁਰੀਲੀ ਆਵਾਜ਼ ਇਹਨਾਂ ਦੇ ਗੀਤਾਂ ਨੂੰ ਦੇ ਚੁੱਕੇ ਨੇ, ਤੇ ਇੱਕ ਵਿਸ਼ੇਸ਼ ਕੁਐਸਚਨ ਕਿ ਤੁਸੀਂ ਆਪਣੀ ਗੀਤਕਾਰੀ ਦੇ ਵਿੱਚ ਉਸਤਾਦ ਕਿਹਨੂੰ ਮੰਨਦੇ ਹੋ? ਮੇਰਾ ਜੀ ਉਸਤਾਦ ਜੀ ਹੈਗੇ ਤਾਂ ਜੀ ਡੈਥ ਹੋ ਗਈ ਮੇਰੇ ਉਸਤਾਦ ਜੀ ਦੀ 5-6 ਸਾਲ ਪਹਿਲਾਂ ਜੀ, ਪਟਿਆਲਾ ਜ਼ਿਲ੍ਹੇ ਦੇ ਬਹੁਤ ਫੇਮਸ ਮਸ਼ਹੂਰ ਗੀਤਕਾਰ ਤੇ ਜੀ ਮਿਹਰ ਦਿਵਾਲੀ ਵਾਲਾ ਜੀ, ਉਹਨਾਂ ਦਾ ਮੈਨੂੰ ਬਹੁਤ ਸਤਿਕਾਰ ਮਿਲਿਆ ਜੀ, ਬਹੁਤ ਪ੍ਰੇਮਤਾ ਜੀ, ਬਹੁਤ ਆਸ਼ੀਰਵਾਦ ਮਿਲਿਆ ਮੈਨੂੰ ਉਹਨਾਂ ਦੇ ਬਦੌਲਤ ਮੈਂ ਇੱਥੇ ਤੱਕ ਪਹੁੰਚਿਆ ਜਿੰਨਾ ਕੁ ਗੀਤ ਰਿਕਾਰਡ ਹੋਏ ਜੀ। ਬਿਲਕੁਲ, ਤੁਹਾਡੇ ਤਕਰੀਬਨ ਤੁਸੀਂ ਦੱਸ ਰਹੇ ਹੋ ਕਿ 300 ਗਾਣੇ ਨੇ ਜਿਹੜੇ ਰਿਕਾਰਡ ਹੋ ਚੁੱਕੇ ਨੇ। ਹਾਂਜੀ। ਤੇ ਅੱਜ ਕੱਲ੍ਹ ਦਾ ਜਿੱਦਾਂ ਟ੍ਰੈਂਡ ਹੈ ਕਿ ਕੋਈ ਰਾਈਟਰ ਹੁੰਦਾ ਜਿਵੇਂ 1-2 ਗਾਣਾ ਉਹਦਾ ਹਿੱਟ ਹੋ ਜਾਂਦਾ ਹੈ, ਤਾਂ ਤੀਜਾ ਚੌਥਾ ਜਿਹੜਾ ਤਕਰੀਬਨ ਗਾਣਾ ਹੁੰਦਾ ਉਹ ਆਪਣੀ ਆਵਾਜ਼ ਦੇ ਵਿੱਚ ਹੀ ਖੁਦ ਹੀ ਸਿੰਗਰ ਬਣ ਜਾਂਦਾ ਹੈ, ਤੇ ਤੁਸੀਂ ਇੰਨੇ ਸਾਰੇ ਗਾਣੇ ਜਿਹੜੇ ਰਿਕਾਰਡ ਕਰਵਾਤੇ ਨੇ, ਤੇ ਕਦੇ ਖੁਦ ਨਹੀਂ ਸੋਚਿਆ ਕਿ ਮੈਂ ਖੁਦ ਸਿੰਗਰ ਬਣਾ? ਨਹੀਂ ਜੀ, ਖੁਦ ਕਦੇ ਨਹੀਂ ਸੋਚਿਆ ਜੀ ਹਲੇ, ਬਾਕੀ ਟਾਈਮ ਵੀ ਨਹੀਂ ਹੁੰਦਾ ਜੀ ਇਹਨਾਂ। ਅੱਛਾ ਜੀ। ਤੇ ਮੈਂ ਇੱਕ ਗੱਲ ਹੋਰ ਜਾਣਨਾ ਚਾਹੁੰਦੀ ਹਾਂ ਕਿ ਗੀਤਕਾਰੀ ਦੇ ਨਾਲ ਤੁਸੀਂ ਹੋਰ ਵੀ ਕੋਈ ਕੰਮ ਕਰ ਰਹੇ ਹੋ? ਗੀਤਕਾਰੀ ਤੁਹਾਡਾ ਪੇਸ਼ਾ ਹੈ ਜਾਂ ਸ਼ੌਂਕ ਹੈ? ਨਹੀਂ ਜੀ, ਪੇਸ਼ਾ ਨਹੀਂ ਆਪਣਾ ਗੀਤਕਾਰੀ ਦਾ, ਗੀਤਕਾਰੀ ਦਾ ਜੇ ਪੇਸ਼ਾ ਹੁੰਦਾ ਫਿਰ ਤਾਂ ਆਪਾਂ ਕਦੇ ਭੁੱਖੇ ਮਰ ਜਾਂਦੇ ਜੀ, ਇਹ ਸ਼ੌਂਕ ਹੈ ਜੀ ਬਸ ਆਪਣਾ ਜੀ, ਜੋ ਆਪਾਂ ਟਾਈਮ ਕੱਢ ਕੇ ਰਾਤਾਂ ਨੂੰ ਜਾਗ ਜਾਗ ਕੇ ਬਹੁਤ ਸੰਘਰਸ਼ ਕਰਕੇ ਲਿਖ ਰਹੇ ਹਾਂ ਜੀ, ਉਹ ਸ਼ੌਂਕ ਹੈ ਪੂਰਾ ਕਰ ਦਿੰਦੇ ਆਪਾਂ, ਅੱਜ ਤੱਕ ਆਪਾਂ ਨੇ ਪੈਸਾ ਨਹੀਂ ਲਿਆ ਕਿਸੇ ਦਾ ਵੀ ਜੀ, ਠੀਕ ਹੈ ਜੀ, ਇਹ ਆਪਣਾ ਸ਼ੌਂਕ ਹੈ ਜੀ। ਤੇ ਦੋਸਤੋ, ਜਿਹੜੇ ਸਾਡਾ ਚੈਨਲ ਵੇਖ ਰਹੇ ਨੇ, ਜਿਹੜੇ ਸਿੰਗਰਸ ਵੀ ਸਾਡੇ ਨਾਲ ਜੁੜੇ ਹੋਏ ਨੇ, ਮੇਰੀ ਸਾਰਿਆਂ ਨੂੰ ਇੱਕ ਰਿਕੁਐਸਟ ਹੈ, ਜਦੋਂ ਤੁਸੀਂ ਕੋਈ ਵੀ ਗਾਣਾ ਲੈਂਦੇ ਹੋ ਤਾਂ ਗੀਤਕਾਰ ਦੇ ਬਾਰੇ ਥੋੜ੍ਹਾ ਜਿਹਾ ਸੋਚਿਆ ਕਰੋ, ਉਹਨੂੰ ਵੀ ਘਰ ਚਲਾਉਣ ਲਈ ਕੁਛ ਇਨਕਮ ਜ਼ਰੂਰ ਉਹਦੇ ਪੇ ਕੀਤੀ ਜਾਣੀ ਚਾਹੀਦੀ ਹੈ, ਤੇ ਉਸ ਤੋਂ ਬਿਨਾਂ ਜਿਵੇਂ ਮੇਲੇ ਔਰਗੇਨਾਈਜ਼ਰ ਹੁੰਦੇ ਨੇ, ਕਿਤੇ ਸਨਮਾਨ ਹੁੰਦਾ ਹੈ, ਤੇ ਉੱਥੇ ਵੀ ਮੇਰੀ ਔਰਗੇਨਾਈਜ਼ਰਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਮੋਮੈਂਟੋ ਦੇ ਨਾਲ ਕੁਝ ਨਾ ਕੁਝ ਉਹਨਾਂ ਨੂੰ ਇਨਕਮ ਕੁਝ ਨਾ ਕੁਝ ਪੇ ਕਰਿਆ ਕਰੋ, ਤਾਂ ਕਿ ਉਹਨਾਂ ਦਾ ਘਰ ਪਰਿਵਾਰ ਹੈ ਜਿਹੜਾ ਸਹੀ ਢੰਗ ਨਾਲ ਚੱਲ ਸਕੇ, ਕਿਉਂਕਿ ਅਕਸਰ ਗੀਤਕਾਰਾਂ ਦੀ ਇਹੋ ਹੀ ਇੱਕ ਜਿਹੜੀ ਸ਼ਿਕਾਇਤ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ ਜੇ ਅਸੀਂ ਗੀਤਕਾਰੀ ਸਾਡਾ ਪੇਸ਼ਾ ਹੁੰਦਾ ਤਾਂ ਅਸੀਂ ਭੁੱਖੇ ਮਰ ਜਾਣਾ ਸੀ। ਸੋ ਇੱਕ ਬਹੁਤ ਦੁੱਖ ਵਾਲਾ ਜਿਹੜਾ ਕੁਐਸਚਨ ਹੈ, ਇੰਨੀਆਂ ਸੋਹਣੀਆਂ ਕਲਮਾਂ ਨੇ, ਜੇ ਗੀਤ ਲਿਖਦੇ ਨੇ ਤਾਂ ਗਾਣੇ ਹਿੱਟ ਹੁੰਦੇ ਨੇ, ਤਾਂ ਸਿੰਗਰ ਸਟਾਰ ਬਣਦੇ ਨੇ, ਸੋ ਪਲੀਜ਼ ਇਹਨਾਂ ਵੱਲ ਥੋੜ੍ਹਾ ਧਿਆਨ ਦਿਆ ਕਰੋ। ਤੇ ਮੈਂ ਇੱਕ ਗੱਲ ਹੋਰ ਜਾਣਨਾ ਚਾਹੁੰਦੀ ਹਾਂ ਤੁਹਾਡੇ ਤੋਂ ਕਿ ਜਿੱਦਾਂ ਤੁਹਾਡੇ ਕੋਲ ਕੋਈ ਸਿੰਗਰ ਗਾਣਾ ਲੈਣ ਆਉਂਦਾ ਤੇ ਉਹ ਤੁਹਾਨੂੰ ਕਹਿੰਦਾ ਹੈ ਕਿ ਜੀ ਅਸੀਂ ਤੁਹਾਨੂੰ ਮੂੰਹ ਮੰਗੀ ਪੇਮੈਂਟ ਕਰ ਦਿੰਦੇ ਹਾਂ, ਪਰ ਗਾਣੇ ਦੇ ਵਿੱਚੋਂ ਤੁਹਾਡਾ ਨਾਮ ਕੱਟ ਕੇ ਆਪਣਾ ਨਾਮ ਲਿਖਣਾ ਚਾਹੁੰਦੇ ਹਾਂ, ਤੇ ਫਿਰ ਤੁਹਾਡਾ ਸਿੰਗਰ ਨੂੰ ਕੀ ਜਵਾਬ ਹੁੰਦਾ? ਕਿ ਤੁਸੀਂ ਉਹਨੂੰ ਗਾਣਾ ਦੇ ਦਿੰਦੇ ਹੋ ਪੇਮੈਂਟ ਲੈ ਕੇ ਜਾਂ ਉਹਨੂੰ ਮਨਾ ਕਰ ਦਿੰਦੇ ਹੋ? ਨਹੀਂ ਜੀ, ਆਪਾਂ ਪੇਮੈਂਟ ਨਹੀਂ ਲੈਂਦੇ ਜੀ, ਆਪਾਂ ਆਪਣਾ ਨਾਮ ਨਹੀਂ ਕੱਟਣਾ ਹੁੰਦਾ ਗੀਤ ਦੇ ਵਿੱਚ, ਤੇ ਆਪਾਂ ਆਪਣੀ ਸਹਿਮਤੀ ਦੇ ਨਾਲ ਸਿੰਗਰ ਦਾ ਨਾਮ ਐਡ ਕਰ ਦਿੰਦੇ ਵਿੱਚ ਜੀ, ਪਰ ਆਪਾਂ ਆਪਣਾ ਨਾਮ ਨਹੀਂ ਕੱਟ ਸਕਦੇ ਵਿੱਚ ਦੇ ਗੀਤ ਦੇ ਜੀ, ਯਾਨੀ ਕਿ ਸਿੰਗਰ ਦੇ ਨਾਲ ਨਾਲ ਤੁਹਾਡਾ ਨਾਮ ਹੋਣਾ ਬਹੁਤ ਜ਼ਰੂਰੀ ਹੈ, ਤੁਹਾਨੂੰ ਪੈਸੇ ਨਾਲੋਂ ਜ਼ਿਆਦਾ ਆਪਣਾ ਨਾਮ ਹੈ ਜਿਹੜਾ ਉਹ ਗਾਣੇ ਦੇ ਵਿੱਚ ਚਾਹੀਦਾ। ਹਾਂ ਜੀ ਹਾਂ ਜੀ। ਤੇ ਤੁਹਾਡਾ ਕੋਈ ਵਿਸ਼ੇਸ਼ ਤੌਰ ਤੇ ਜਿਹੜਾ ਕੋਈ ਸਨਮਾਨ ਹੋਇਆ ਉਹਦਾ ਜ਼ਿਕਰ ਤੁਸੀਂ ਸਾਡੇ ਨਾਲ ਜ਼ਰੂਰ ਕਰੋ। ਹਾਂ ਜੀ ਹਾਂ ਜੀ, ਵੈਸੇ ਤਾਂ ਕਾਫੀ ਮੇਲਿਆਂ ਤੇ ਮੇਰੇ ਲੁਧਿਆਣੇ ਆਪਣੇ ਕਾਫੀ ਮੇਲਿਆਂ ਨੇ ਉੱਥੇ ਵੀ ਸਨਮਾਨ ਕਈ ਵਾਰ ਹੋਇਆ ਜੀ, ਬਾਕੀ ਜਿਹੜੇ ਮੇਰੇ ਵਿਸ਼ੇਸ਼ ਅਵਾਰਡ ਮਿਲੇ ਜੀ ਆਪਾਂ ਨੂੰ
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਰਜਿਸਟਰਡ ਆ ਜੀ ਆਪਣੀ ਮੋਹਾਲੀ ਤੋਂ। ਤੇ ਰਾਜੂ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਗੀਤਕਾਰੀ ਦੇ ਵਿੱਚ ਤੁਹਾਡਾ ਮਾਨ ਸਨਮਾਨ ਕੋਈ ਹੋਇਆ, ਤੁਸੀਂ ਉਹਦਾ ਜ਼ਿਕਰ ਜ਼ਰੂਰ ਸਾਡੇ ਨਾਲ ਕਰੋ। ਹਾਂਜੀ ਹਾਂਜੀ, ਜ਼ਰੂਰ ਕਰੂੰਗਾ ਜੀ। ਬਾਕੀ ਲੁਧਿਆਣੇ ਦੇ ਵਿੱਚ ਕਾਫੀ ਮੇਲੇ ਹੁੰਦੇ ਆ ਜੀ ਆਪਣੇ, ਮੈਂ ਫਿਲਮੀ ਫੋਕਸ ਮੈਗਜ਼ੀਨ ਦਾ ਜ਼ਿਲ੍ਹਾ ਇੰਚਾਰਜ ਪੱਤਰਕਾਰ ਵੀ ਹੈਗਾ ਜੀ। ਉੱਥੇ ਮੇਲੇ 6 ਮਹੀਨੇ ਬਾਅਦ ਤਕਰੀਬਨ ਕਰਾਉਂਦੇ ਜੀ, ਉਹ ਹਰੇਕ ਸਾਲ ਆਪਣਾ ਸਨਮਾਨ ਕਰਦੇ ਜੀ। ਨਰਿੰਦਰ ਨੂਰ ਜੀ ਵੀਰ ਜੀ ਮੇਰੇ ਬਹੁਤ ਸਤਿਕਾਰਯੋਗ ਮੈਂਬਰ ਆ ਉਹਨੇ, ਠੀਕ ਹੈ ਜੀ। ਬਾਕੀ ਮੇਰਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਤੋਂ ਕਈ ਵਾਰ ਸਨਮਾਨ ਹੋਇਆ ਜੀ, ਜਿਹਦੇ ਵਿੱਚ ਮੈਨੂੰ 2 ਵਾਰ ਅਵਾਰਡ ਮਿਲੇ ਜੀ। ਬਹੁਤ ਹੀ ਸਤਿਕਾਰਯੋਗ ਪ੍ਰੀਤਮ ਲੁਧਿਆਣਵੀ ਜੀ ਅਤੇ ਬਹੁਤ ਹੀ ਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਜੀ, ਪ੍ਰਧਾਨ ਸਾਡੇ ਸਭਾ ਦੇ, ਜਿਨ੍ਹਾਂ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ, ਜਿਨ੍ਹਾਂ ਨੇ ਮੈਨੂੰ 2017 ਦੇ ਵਿੱਚ ਗੀਤਾਂ ਦਾ ਸ਼ਹਿਨਸ਼ਾਹ ਦਾ ਅਵਾਰਡ ਦਿੱਤਾ ਤਾ ਜੀ। ਵਾਹ ਜੀ ਵਾਹ। 2018 ਦੇ ਵਿੱਚ ਮੈਨੂੰ ਇੰਦਰਜੀਤ ਹਸਨਪੁਰੀ ਦਾ ਅਵਾਰਡ ਮਿਲਿਆ ਜੀ, ਬਹੁਤ ਮਾਣ ਸਤਿਕਾਰ ਮਿਲਿਆ ਮੈਨੂੰ ਉੱਥੇ ਤੇ ਜੀ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਉਹਨਾਂ ਦਾ, ਸਾਰੀ ਸਭਾ ਦੇ ਮੈਂਬਰਾਂ ਦਾ। ਤੇ ਤੁਹਾਡੇ ਇੰਨੀ ਵੱਡੀ ਤਾਦਾਦ ਦੇ ਵਿੱਚ ਨੇ ਜਿਹੜੇ ਗਾਣੇ ਰਿਕਾਰਡ ਹੋ ਚੁੱਕੇ ਨੇ, ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕੋਈ ਕਿਤਾਬ ਵੀ ਰਿਲੀਜ਼ ਕਰਵਾਈ ਹੈ, ਕੋਈ ਮਾਰਕੀਟ ਦੇ ਵਿੱਚ ਤੁਹਾਡੀ ਕੋਈ ਕਿਤਾਬ ਵੀ ਛਪੀ ਹੈ? ਹਾਂਜੀ, ਆਪਣੀ ਇਕੱਲੇ ਦੀ ਮੇਰੀ 1 ਕਿਤਾਬ ਛਪ ਰਹੀ ਹੈ, ਤਿਆਰ ਹੋ ਗਈ ਜੀ। ਬਾਕੀ 4-5 ਕਿਤਾਬਾਂ ਦੇ ਵਿੱਚ ਮੇਰੀ ਵੈਸੇ ਹਾਜ਼ਰੀ ਲੱਗੀ ਹੋਈ ਹੈ, 2-2-3-3 ਗੀਤ ਉਹਨਾਂ ਦੇ ਵਿੱਚ, ਜਿਨ੍ਹਾਂ ਦਾ ਨਾਮ ਮੈਂ ਤੁਹਾਨੂੰ ਦੱਸਦਾ, ਕਲਮਾਂ ਦਾ ਸਫ਼ਰ 1 ਤਾਂ ਜੀ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਤੋਂ ਰਿਲੀਜ਼ ਹੋਈ ਸੀ ਜੀ, ਦੂਸਰੀ ਆਈ ਸੀ ਟੈਲੀਫੋਨ ਡਾਇਰੈਕਟਰੀ, ਤੀਸਰੀ ਕਿਤਾਬ ਆਈ ਸੀ ਜੀ ਅਮਰਜੋਤ ਦੇ ਆਖਰੀ ਬੋਲ, ਇਹ ਸ਼ਮਸ਼ੇਰ ਸਿੰਘ ਸੋਹੀ ਗੁਰਦਾਸਪੁਰ ਤੋਂ ਮੇਰੇ ਬਹੁਤ ਸਤਿਕਾਰਯੋਗ ਵੀਰ ਉਹਨਾਂ ਨੇ ਹਾਜ਼ਰੀ ਲਵਾਈ ਹੈ ਮੇਰੇ ਜੀ। ਚੌਥੀ ਕਿਤਾਬ ਆਪਣੀ ਆ ਰਹੀ ਹੈ ਜੀ ਰੰਗ ਬਿਰੰਗੀਆਂ ਕਲਮਾਂ, ਜਿਹਦੇ ਵਿੱਚ ਮੇਰੇ 3 ਗੀਤਾਂ ਦੀ ਹਾਜ਼ਰੀ ਲੱਗੀ ਵੀ ਹੈ ਜੀ। 1 ਕਿਤਾਬ ਮੇਰੀ ਆਪਣੇ ਇਕੱਲੇ ਦੀ ਛਪ ਰਹੀ ਹੈ ਜੀ ਕਮਲ ਦੇ ਫੁੱਲ, ਰੌਕੀ ਬਾਦਸ਼ਾਹ ਦੀ ਜ਼ਿੰਦਗੀ 'ਤੇ ਆਧਾਰਿਤ ਹੈ ਜੀ ਇਹ ਕਿਤਾਬ, ਜਲਦੀ ਉਹ ਰਿਲੀਜ਼ ਹੋਣ ਵਾਲੀ ਹੈ ਜੀ। ਹਾਂਜੀ, ਅਤੇ ਇਹ ਤਾਂ ਹੈ ਤੁਹਾਡਾ ਗੀਤਕਾਰੀ ਦਾ ਸਫ਼ਰ। ਹਾਂਜੀ, ਅਤੇ ਜਿੱਦਾਂ ਕਿ ਮੇਰੇ ਦਿਮਾਗ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਗੀਤਕਾਰੀ, ਤੁਸੀਂ ਕਹਿ ਰਹੇ ਹੋ ਜੇ ਮੈਂ ਗੀਤਕਾਰੀ ਤੇ ਡਿਪੈਂਡ ਹੋਵਾਂ ਤਾਂ ਮੈਂ ਭੁੱਖਾ ਮਰ ਜਾਣਾ ਸੀ। ਹਾਂਜੀ ਹਾਂਜੀ, ਤੇ ਤੁਸੀਂ ਆਪਣਾ ਘਰ ਚਲਾਉਣ ਲਈ ਕੀ ਕਰ ਰਹੇ ਹੋ, ਪੇਸ਼ਾ ਕੀ ਹੈ ਤੁਹਾਡਾ? ਹਾਂਜੀ, ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਜੀ। ਪੇਸ਼ਾ ਜੀ ਆਪਣਾ ਹੈਗਾ ਦੇਸੀ ਦਵਾਈਆਂ ਦਾ ਕੰਮ ਆ ਜੀ। ਵਾਹ ਜੀ ਵਾਹ। ਜੜੀ ਬੂਟੀਆਂ ਦਾ ਕੰਮ, ਆਪਾਂ ਬੈਦ ਦਾ ਕੰਮ ਕਰਦੇ ਹਾਂ, 2 ਭਰਾ, ਦੂਸਰਾ ਭਰਾ ਮੇਰਾ ਸੁਰਿੰਦਰ ਸਿੰਘ ਬੈਦ ਆ ਅਤੇ ਮੇਰਾ ਨਾਮ ਵੈਸੇ ਕੀ ਰਜਿੰਦਰ ਸਿੰਘ ਆ ਜੀ। ਗੀਤਾਂ ਵਿੱਚ ਮੈਂ ਆਪਣਾ ਛੋਟਾ ਨਾਮ ਵਰਤਦਾ ਜੀ ਰਾਜੂ ਨਾਹਰ ਜੀ। ਹਾਂਜੀ, ਆਪਣਾ ਦੇਸੀ ਦਵਾਈਆਂ ਦਾ ਕੰਮ ਆ, ਚੁੰਨੀ ਦੁਕਾਨ ਆ ਜੀ ਆਪਣੀ ਜੀ, ਬੱਸ ਸਟੈਂਡ ਦੇ ਵਿੱਚ ਜੀ, ਵਧੀਆ ਕੰਮ ਚੱਲਦਾ ਜੀ ਆਪਣਾ, ਉੱਥੇ ਰੋਜ਼ੀ ਰੋਟੀ ਦੇਖ ਜੇ ਲੱਗੇ ਪਏ ਜੀ ਜੀ। ਹਾਂਜੀ, ਤੇ ਜਿਵੇਂ ਤੁਹਾਡਾ ਦੇਸੀ ਦਵਾਈਆਂ ਦਾ ਕੰਮ ਹੈਗਾ, ਤੁਸੀਂ ਵਿਸ਼ੇਸ਼ ਤੌਰ ਤੇ ਕਿਹੜਾ ਬਿਮਾਰੀ ਹੈ ਜਿਹੜਾ ਕਿਹਦਾ ਇਲਾਜ ਕਰਦੇ ਹੋ, ਕਿਹਦੇ ਵਿੱਚ ਪਰਫੈਕਟ ਹੋ, ਜਿਹਦੀ ਸਭ ਤੋਂ ਜ਼ਿਆਦਾ ਲੋਕੀ ਤੁਹਾਡੇ ਕੋਲ ਆ ਕੇ ਦਵਾਈ ਦੀ ਡਿਮਾਂਡ ਕਰਦੇ ਨੇ? ਬਿਮਾਰੀਆਂ ਦਾ ਤਾਂ ਆਪਣਾ ਕਾਫੀ ਹੈ ਜੀ, ਚਮੜੀ ਦੇ ਰੋਗਾਂ ਦਾ ਹੋ ਗਿਆ, ਮੋਕੇ ਅਟਣਾ ਦਾ ਜੀ ਹੋ ਗਿਆ ਜੀ ਜੀ, ਮੋਟੇ ਹੋਣ ਵਾਸਤੇ ਮੁੰਡੇ ਬਹੁਤ ਆਉਂਦੇ ਜੀ ਆਪਣੇ ਕੋਲ ਜਿੰਮਾਂ ਵਾਲੇ ਜੀ, ਮੋਟਾਪਾ ਘਟਾਉਣ ਵਾਸਤੇ ਜੀ ਜੀ। ਹਾਂਜੀ, ਕਾਫੀ ਦੂਰ ਦੂਰ ਤੇ ਦੁਨੀਆ ਆਉਂਦੀ ਹੈ ਜੀ ਆਪਣੇ ਕੋਲ ਦਵਾਈਆਂ ਨੂੰ। ਹਾਂਜੀ, ਇਹ ਜੜੀ ਬੂਟੀਆਂ ਦੇ ਤੌਰ ਤੇ ਆਪਣੇ ਇੱਕ ਆਪਣੇ ਪਰ ਵੀ ਮੈਂ ਗੀਤ ਲਿਖਿਆ ਪਤਾ ਜੀ, ਉਹ ਜਗਤਾਰਾ ਅਖਤਰ ਜੀ ਤੇ ਅਨੀਤਾ ਸਮਾਣਾ ਨੇ ਗਾਇਆ ਤਾ, ਮੈਂ ਤੁਹਾਨੂੰ ਸਹੀ ਅੰਤਰ ਸੁਣਾਉਣਾ ਜੀ ਉਹਦਾ ਜੀ ਗੀਤ ਦਾ ਜੀ। ਕੁੜੀ ਦਾ ਬੋਲ ਹੈਗਾ ਜੀ, ਬੜੇ ਚੀਰਾਂ ਪਿੱਛੋਂ ਹੋਇਆ ਮੇਲ ਜੋਰ ਵੇ, ਆ ਜਾ ਬੈਠ ਚੰਨਾ ਦੁੱਖ ਸੁੱਖ ਹੋਰ ਵੇ, ਕਿਉਂ ਛੱਡ ਗਿਆ ਸਾਥ ਮਿੱਤਰ, ਚੰਡੀਗੜ੍ਹ 'ਚ ਮਸ਼ੂਕ ਤੇਰੇ ਲੱਗ ਗਈ ਵੇ ਨਰਸ ਸਟਾਫ ਮਿੱਤਰ ਜੀ। ਇਹਦਾ 'ਚ ਮੁੰਡੇ ਦਾ ਬੋਲ ਆ ਜੀ, ਤੇਰੇ ਕੋਲ ਨਾ ਮੈਂ ਮਾਰਾਂ ਗੱਲਾਂ ਝੂਠੀਆਂ, ਵਿੱਚਾਂ ਕੁੱਟ ਕੁੱਟ ਦੇਸੀ ਜੜੀ ਬੂਟੀਆਂ, ਛਡਾਈਏ ਭੁੱਕੀ ਫੇਮ ਬੱਲੀਏ, 35 ਪਿੰਡਾਂ 'ਚ ਮਸ਼ਹੂਰ ਅੱਜ ਹੋ ਗਿਆ ਨਾਹਰ ਹਕੀਮ ਬੱਲੀ। ਵਾਹ ਜੀ ਵਾਹ, ਕੀ ਮਾਲ ਹੈ। ਸੋ ਤੁਸੀਂ ਬਾਕੀ ਗਾਣੇ ਵੀ ਸੁਣਨ ਲਈ ਨਾਲੇ ਯੂਟਿਊਬ 'ਤੇ ਵੀ ਸਰਚ ਕਰ ਸਕਦੇ ਹੋ ਦੋਸਤੋ। ਅਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਚਾਹਾਂਗੀ ਤੁਸੀਂ ਸਾਡੇ ਯੂਥ ਨੂੰ, ਕੋਈ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਸੰਦੇਸ਼ ਦੇ ਕੇ ਜਾਓ। ਸੰਦੇਸ਼ ਤਾਂ ਜੀ ਬਸ ਇਹੀ ਆ ਜੀ ਵੀ ਹਰੇਕ ਤਰ੍ਹਾਂ ਦੇ ਗੀਤ ਸੁਣਦੇ ਹਾਂ ਜੀ ਆਪਾਂ, ਸੱਭਿਆਚਾਰਕ ਗੀਤਾਂ ਨੂੰ ਵੀ ਸੁਣਨਾ ਚਾਹੀਦਾ ਜੀ, ਧਾਰਮਿਕ ਭੇਟਾਂ ਨੂੰ ਵੱਧ ਤੋਂ ਵੱਧ ਸੁਣਨਾ ਚਾਹੀਦਾ ਜੀ, ਹਰੇਕ ਤਰ੍ਹਾਂ ਦੇ ਮੈਟਰ ਸੁਣੋ, ਬਾਕੀ ਆਪਣੀ ਆਪਣੀ ਸਮਝ ਆ ਜੀ ਜੀ, ਠੀਕ ਆ ਜੀ। ਬਾਕੀ ਸਾਡੇ ਚੈਨਲ ਨੂੰ ਤੁਸੀਂ
ਸਬਸਕ੍ਰਾਈਬ ਕਰ ਦੇਣਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ, ਕਮੈਂਟ ਕਰਕੇ ਦੱਸਣਾ ਵੀ ਕਿਸ ਤਰ੍ਹਾਂ ਦੀ ਇੰਟਰਵਿਊ ਲੱਗੀ ਹੈ ਸਾਡੀ, ਇਹ ਜ਼ਰੂਰ ਦੱਸਣਾ ਜੀ। ਧੰਨਵਾਦ ਜੀ ਬਹੁਤ ਬਹੁਤ ਤੁਹਾਡਾ, ਸਾਰੇ ਸਰੋਤਿਆਂ ਦਾ, ਰੱਬ ਵਰਗਿਆਂ ਦਾ। ਅਤੇ ਤੁਹਾਡਾ ਵੀ ਇੱਥੇ ਸਟੂਡੀਓ 'ਚ ਪਹੁੰਚਣ 'ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਦੋਸਤੋ, ਜਿਹੜੇ ਸਾਡਾ ਚੈਨਲ ਵੇਖ ਰਹੇ ਨੇ ਉਹਨਾਂ ਨੂੰ ਮੇਰੀ ਰਿਕੁਐਸਟ ਹੈ ਕਿ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, ਰੈੱਡ ਬਟਨ ਦਬਾ ਕੇ, ਅਤੇ ਲਾਈਕ ਵੀ ਕਰੋ, ਸ਼ੇਅਰ ਵੀ ਕਰੋ, ਅਤੇ ਕਮੈਂਟਸ ਕਰਕੇ ਸਾਨੂੰ ਦੱਸਿਆ ਕਰੋ ਇੰਟਰਵਿਊਜ਼ ਕਿਵੇਂ ਦੇ ਲੱਗਦੇ ਨੇ, ਅਤੇ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਵੀ ਜ਼ਰੂਰ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਲਿਖ ਕੇ ਦੱਸਿਆ ਕਰੋ। ਸੋ ਇੱਦਾਂ ਹੀ ਸਾਡੇ ਨਾਲ ਬਣੇ ਰਹੋ, ਸਪੋਰਟ ਕਰਦੇ ਰਹੋ ਚੈਨਲ ਨੂੰ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।